ਦੂਸਰੀ ਫੇਜ਼ ਜੋ ਕਿ ਸਾਡੀ ਯਾਤਰਾ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋ 550 ਸਾਲਾ ਸ਼ਤਾਬਦੀ ਆ ਰਹੀ ਹੈ ਉਸ ਦੇ ਸੰਬੰਧ ਵਿੱਚ ਅਵਾਮੀ ਲਾਮਬੰਦੀ ਜਿਹੜੀ ਪੰਜਾਬੀਅਤ ਨੂੰ ਲਾਮਬੰਦ ਕਰਨਾ ਸਰਕਾਰੀ ਪੱਧਰ 'ਤੇ ਦੋਨਾਂ ਸਰਕਾਰਾਂ ਵੱਲੋਂ ਲੋਕਾਂ ਵੱਲੋਂ ਇਹ ਬਹੁਤ ਪੁਰਜ਼ੋਰ ਮੰਗ ਹੈ ਕਿ 550 ਸਾਲਾਂ ਵੇਲੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਜਾਵੇ ਔਰ ਉਹਦੇ 'ਤੇ ਚਲੋ ਰਾਜਨੀਤਿਕ ਪਾਰਟੀਆਂ ਪੋਲੀਟਿਕਸ ਵੀ ਕਰਦੀਆਂ ਲੇਕਿਨ ਇਹ ਇੱਕ ਐਸਾ ਮੁਕੱਦਸ ਮੁੱਦਾ ਹੈ ਜਿਹਦੇ 'ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਪਾਕਿਸਤਾਨ 'ਚ ਵੀ ਸਿੰਧ ਤੱਕ ਨੇ ਸਾਰੇ ਹਿੰਦੁਸਤਾਨ 'ਚ ਨੇ ਸਾਰੇ ਹਿੰਦੁਸਤਾਨ ਦਾ ਉਹਨਾਂ ਨੇ ਭ੍ਰਮਣ ਕੀਤਾ ਉਹਨਾਂ ਨੇ 3 ਉਦਾਸੀਆਂ ਕਰਕੇ ਚਾਈਨਾ ਟਿਬਟ ਮਾਨ ਸਰੋਵਰ ਤੱਕ ਗਏ ਉਹਨਾਂ ਨੇ ਜੋ ਕੁਝ ਗਗਨ ਮੇ ਥਾਲ ਰਵਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਜੋ ਆਰਤੀ ਉੜੀਸਾ ਦੀਆਂ ਤੱਟਾਂ 'ਤੇ ਕੀਤੀ ਹੈ ਔਰ ਜਿਸ ਨੂੰ ਇੱਕ ਬਹੁਤ ਵੱਡੀ ਮਾਨਤਾ ਇਨਸਾਨੀਅਤ ਵੱਲੋਂ ਜੋ ਮਾਨਵਵਾਦ ਦਾ ਫਲਸਫਾ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਅਗਰ ਇਸ ਵੇਲੇ ਇੰਡੀਅਨ ਪੋਲੀਟੀਕਲ ਸਿਸਟਮ ਦੇ ਵਿੱਚ ਸਭ ਤੋਂ ਵੱਧ ਲੋੜ ਹੈ ਕਿਸੇ ਸੰਦੇਸ਼ ਦੀ ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਸੰਦੇਸ਼ ਦੀ ਲੋੜ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਸੰਗਤਾਂ ਨੂੰ ਕਰਤਾਰਪੁਰ ਦੇ ਦਰਸ਼ਨਾਂ ਦਾ ਮੌਕਾ ਪਾਕਿਸਤਾਨ ਨੇ ਇੱਕ ਪਹਿਲਕਦਮੀ ਕੀਤੀ ਹੈ ਭਾਰਤ ਦੀ ਸਰਕਾਰ ਨੂੰ ਵੀ ਪਹਿਲਕਦਮੀ ਕਰਨੀ ਚਾਹੀਦੀ ਹੈ ਸਾਨੂੰ ਇਹ ਅਫਸੋਸ ਹੈ ਕਿ ਕੁਝ ਦਿਨਾਂ ਤੋਂ ਬਾਰਡਰ ਤੋਂ ਪਾਰ ਕੁਝ ਹਾਲਾਤ ਜਿਹੜੇ ਨੇ ਉਹ ਮਾੜੇ ਹੋਏ ਨੇ ਔਰ ਕੁਝ ਸ਼ਹਾਦਤਾਂ ਸਾਡੇ ਜਵਾਨਾਂ ਦੀਆਂ ਹੋਈਆਂ ਜਿਸ ਘਰ ਦੇ ਵਿੱਚ ਸ਼ਹਾਦਤ ਹੁੰਦੀ ਹੈ ਉਹੀ ਉਸ ਪੀੜਾ ਨੂੰ ਸਮਝ ਸਕਦਾ ਸੋ ਇਹ ਇੱਕ ਬਹੁਤ ਵੱਡੀ ਪੀੜਾ ਹੈ ਲੇਕਿਨ ਜਿਹੜਾ ਡਾਇਲੋਗ ਪ੍ਰੋਸੈਸ ਹੈਗਾ ਉਹ ਜਾਰੀ ਰਹਿਣਾ ਚਾਹੀਦਾ ਤਾਂ ਜੋ ਮਾੜਿਆਂ ਬੰਦਿਆਂ ਨੇ ਮਾੜੇ ਕੰਮ ਕਰੀ ਜਾਂਦੇ ਆ ਚੰਗਿਆਂ ਬੰਦਿਆਂ ਨੇ ਚੰਗੇ ਕੰਮ ਕਰੀ ਜਾਂਦੇ ਆ ਸੋ ਡਾਇਲੋਗ ਬੰਦ ਨਹੀਂ ਹੋਣਾ ਚਾਹੀਦਾ ਯਾਤਰਾ ਸੁਲਤਾਨਪੁਰ ਲੋਧੀ ਤੋਂ 11 ਤਾਰੀਖ ਨੂੰ ਸਵੇਰੇ 7 ਵਜੇ ਅਰਦਾਸ ਕਰਨ ਉਪਰੰਤ ਆਰੰਭ ਹੋਏਗੀ ਔਰ ਡੇਰਾ ਬਾਬਾ ਨਾਨਕ ਸ਼ਾਮ ਨੂੰ 6 ਵਜੇ ਪਹੁੰਚੇਗੀ 125 ਕਿਲੋਮੀਟਰ ਦੇ ਪੈਂਡੇ ਵਿੱਚ ਲਗਭਗ ਸਾਰੇ ਜਿਹੜੇ ਇਤਿਹਾਸਕ ਸਥਾਨ ਆਉਂਦੇ ਨੇ ਜਿਹਦੇ ਵਿੱਚ ਬਾਬਾ ਬਕਾਲਾ ਸਾਹਿਬ ਔਰ ਜਿਹਦੇ ਵਿੱਚ ਰਸਤੇ ਵਿੱਚ ਮਹਿਤਾ ਸਾਹਿਬ ਜੀ ਦੇ ਰਸਤੇ 'ਚ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅਸਥਾਨ ਆਉਂਦੇ ਨੇ ਅਨੇਕਾਂ ਗੁਰੂ ਸਾਹਿਬਾਨ ਨਾਲ ਸੰਬੰਧਿਤ ਸਥਾਨ ਨੇ ਉੱਥੇ ਰੁਕਿਆ ਜਾਏਗਾ ਔਰ ਉੱਥੇ ਸਿਰ ਨਿਵਾਉਣ ਤੋਂ ਬਾਅਦ ਲੋਕਾਂ ਨਾਲ ਵਾਰਤਾਲਾਪ ਕਰਤਾਰਪੁਰ ਦਾ ਲਾਂਘਾ ਖੋਲ੍ਹੋ ਦੀ ਲਾਮਬੰਦੀ ਦਾ ਜ਼ਿਕਰ ਕੀਤਾ ਜਾਏਗਾ ਔਰ ਮੈਂ ਉਮੀਦ ਕਰਦਾ ਕਿ ਜਿਵੇਂ ਪਿਛਲੀ ਵਾਰ ਯਾਤਰਾ ਦੇ ਵਿੱਚ ਬਹੁਤ ਅਹਿਮ ਹਸਤੀਆਂ ਸ਼ਾਮਿਲ ਹੋਈਆਂ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਲੇਕਿਨ ਮੈਂ ਚਾਹਾਂਗਾ ਕਿ ਪੰਜਾਬ ਦੇ ਪੱਤਰਕਾਰ ਪੰਜਾਬ ਦੇ ਰਾਈਟਰ ਪੰਜਾਬ ਦੇ ਪੋਇਟ ਪੰਜਾਬ ਦੇ ਇੰਟਲੈਕਚੁਅਲ ਪੰਜਾਬ ਦੇ ਵੱਖ ਵੱਖ ਪੋਲੀਟੀਕਲ ਪਾਰਟੀਆਂ ਦੇ ਲੋਕ ਜਦੋਂ ਇਹ ਮਤਾ ਹੀ ਪਾਸ ਕਰ ਚੁੱਕੇ ਆ ਪੰਜਾਬ ਦੀ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਅਕਾਲੀ ਦਲ ਨੇ ਅਤੇ ਕਾਂਗਰਸ ਦੋਨਾਂ ਪਾਰਟੀਆਂ ਨੇ ਕਰਤਾ ਤਾਂ ਹੁਣ ਪ੍ਰੋਬਲਮ ਕੀ ਹੈ ਮੈਂ ਤਾਂ ਸਮਝਦਾ ਕਿ ਪਹਿਲਕਦਮੀ ਲਈ ਅਗਰ ਕੈਪਟਨ ਅਮਰਿੰਦਰ ਸਿੰਘ ਜੀ ਬੀਂਗ ਦਾ ਚੀਫ ਮਿਨਿਸਟਰ ਆਫ ਪੰਜਾਬ ਬੀਂਗ ਹੈਡਿੰਗ ਦਾ ਸਟੇਟ ਅਗਰ ਉਹ ਆਲ ਪਾਰਟੀ ਮੀਟਿੰਗ ਵੀ ਇਹਦੇ 'ਤੇ ਸੰਬੰਧ ਵਿੱਚ ਕਰਕੇ ਸੈਂਟਰਲ ਗੌਰਮੈਂਟ ਕੋਲ ਅਪੀਲ ਕਰਨ ਜਾ ਕੇ ਅਸੀਂ ਤਾਂ ਜਾ ਹੀ ਰਹੇ ਹਾਂ ਪ੍ਰੈਜੀਡੈਂਟ ਨੂੰ ਮਿਲਣਾ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਜੀ ਲੀਡਰ ਆਫ ਦਾ ਓਪੋਜੀਸ਼ਨ 15 ਦੇ ਕਰੀਬ ਹਿੰਦੁਸਤਾਨ ਦੇ ਇੰਪੋਰਟੈਂਟ ਲੀਡਰਸ ਨੂੰ ਮਿਲਾਂਗੇ ਕਾਂਗਰਸ ਪ੍ਰੈਜੀਡੈਂਟ ਨੂੰ ਮਿਲਾਂਗੇ ਹੋਰ ਓਪੋਜੀਸ਼ਨ ਦੇ CPM ਦੇ ਲੀਡਰਸ ਨੂੰ ਮਿਲਾਂਗੇ ਪੋਲਟਬਿਊਰੋ ਚੀਫ ਨੂੰ ਮਿਲਾਂਗੇ ਇਹਨਾਂ ਸਾਰਿਆਂ ਨੂੰ ਅਸੀਂ ਮਿਲ ਕੇ ਮੰਗ ਕਰਾਂਗੇ ਕਿ ਕਰਤਾਰਪੁਰ ਦੇ ਲਾਂਘੇ ਦੇ ਸੰਬੰਧ 'ਚ ਦੇਰ ਸ਼ੁੱਡ ਬੀ ਅ ਯੂਨੈਨਮਸ ਰੈਜੋਲਿਊਸ਼ਨ ਇਨ ਦਾ ਪਾਰਲੀਮੈਂਟ ਆਲਸੋ ਸੋ ਦੈਟ ਇਹਦੇ ਨਾਲ ਸਾਨੂੰ ਇਸ ਲਾਂਘਾ ਖੋਲ੍ਹਣ ਵਿੱਚ ਕੋਈ ਰੁਕਾਵਟ ਨਾ ਆਵੇ ਇਹ ਤਬਾਦਲਾ ਵੀ ਹੋ ਸਕਦਾ ਹੈ ਪਿੰਡਾਂ ਦਾ 4 ਕਿਲੋਮੀਟਰ ਦਾ ਰਸਤਾ ਹੈ ਤਬਾਦਲਾ 7-4 ਕਿਲੋਮੀਟਰ ਰਾਜਸਥਾਨ ਦੇ ਨੇੜੇ ਜਾਂ ਹੋਰ ਕਿੱਥੇ ਜਿੱਥੇ ਪਾਕਿਸਤਾਨ ਚਾਹੇ ਉਹ ਜੀ ਜ਼ਮੀਨ ਦਾ ਤਬਾਦਲਾ ਕਰਕੇ ਕਰਤਾਰਪੁਰ ਦਾ ਦਰਬਾਰ ਹਮੇਸ਼ਾ ਲਈ ਹਿੰਦੁਸਤਾਨ ਨੂੰ ਮਿਲ ਜਾਵੇ ਇਹ ਵੀ ਇੱਕ
ਮੈਂ ਸਮਝਦਾ ਦੁਨੀਆਂ 'ਚ ਬਹੁਤ ਥਾਵਾਂ 'ਤੇ ਹੋਇਆ ਦਿਸ ਨੋਟ ਦੇਰ ਆਰ ਸੈਵਰਲ ਐਗਜ਼ਾਮਪਲਸ ਵੇਅਰ ਦੇਰ ਹੈਜ਼ ਬੀਨ ਐਕਸਚੇਂਜ ਆਫ ਲੈਂਡ ਸਰ ਕੀ ਨਾਮ ਕੀ ਰੱਖਿਆ ਗਿਆ ਇਹਦਾ ਨਾਮ ਰੱਖਿਆ ਗਿਆ ਹੈ ਕਿ ਕਰਤਾਰਪੁਰ ਲਾਂਘਾ ਖੋਲੋ ਪੰਜਾਬੀਅਤ ਲਾਮਬੰਦੀ ਯਾਤਰਾ ਪੰਜਾਬੀਅਤ ਲਾਮਬੰਦੀ ਯਾਤਰਾ ਸਰ ਆਪਾਂ ਹੋਰ ਗੱਲ ਕਰੀਏ ਸਿੱਧੂ ਸਾਹਿਬ ਨੇ ਆਪਣੀ ਪਹਿਲ ਕਦਮੀ ਲਗਾਈ